ਚੱਲ ਯਾਰ ਬਸ ਕਰ ਚਲੋ। ਬੜੀ ਦੇਰ ਕਰਦੀ ਮਿਹਰਬਾ ਆਤੇ ਆਤੇ ਸੂਬਾਈ ਵਜ਼ੀਰ ਮਹਿਕਮਾ ਮਾਲ ਜਿਨਕੀ ਮੀਡੀਆ ਟਾਕ ਕੇ ਲਈ 11:30 ਵਜੇ ਕਾ ਸੰਦੇਸ਼ਾ ਮਹਿਕਮਾ ਤਲਕਾ ਤੇ ਆਮਾ ਕੇ ਜ਼ਿਲੀ ਅਫਸਰ ਨੇ ਜੇਹਲਮ ਪ੍ਰੈਸ ਕਲੱਬ ਕੇ ਮੋਜ਼ਜ਼ ਮੈਂਬਰਾਨ ਕੋ ਦੇ ਰੱਖਾ ਥਾ, ਜਿਸ ਪਰ ਅਮਲ ਦਰਾਮਦ ਕਰਤੇ ਹੋਏ ਸਹਾਫੀ ਤੋ ਮਕਰਰਾ ਵਕਤ ਪਰ ਪਹੁੰਚ ਗਏ। ਲੇਕਿਨ ਵਜ਼ੀਰ ਮਸੂਫ ਡਿਪਟੀ ਕਮਿਸ਼ਨਰ ਕੇ ਕਮੇਟੀ ਰੂਮ ਮੇ ਬੈਠ ਕਰ 2 ਘੰਟੇ ਤੱਕ ਗੱਪੇ ਹਾਂਕਤੇ ਰਹੇ। ਸੂਬਾਈ ਵਜ਼ੀਰ ਮਹਿਕਮਾ ਮਾਲ ਮਲਕ ਮੁਹੰਮਦ ਅਨਵਰ ਜੋ ਹੀ ਡਾਇਸ ਪਰ ਪਹੁੰਚੇ ਤੋ ਸਹਾਫੀਓ ਨੇ ਨਿਸ਼ਾਨਦਹੀ ਕੀ ਕੇ ਜੇਹਲਮ ਕੇ ਸਰਕਾਰੀ ਅਦਾਰੋ ਮੇ ਮਾਲੀ ਬਦਅਨਵਾਨੀ ਪੂਰੇ ਅਰੂਜ ਪਰ ਹੈ। ਇਸ ਤਰ੍ਹਾਂ ਸਹਾਫੀਓ ਨੇ ਇਤਜਾਜ ਕਾ ਐਲਾਨ ਕਰਤੇ ਹੋਏ ਬਾਈਕਾਟ ਕਾ ਐਲਾਨ ਕਰ ਦਿਆ। ਜਨਾਬ ਰਿਆਦ ਗੁੰਦਰ ਨਾਮ ਹੈ ਮੇਰਾ, 92 ਟੀਵੀ ਸੇ ਮੇਰਾ ਤਲਕ ਹੈ ਜੀ। ਬਾਕੀ ਦੋਸਤ ਵੀ ਜੋ ਹੈ ਤਕਰੀਬਨ 2 ਘੰਟੇ ਸੇ ਹਮ ਖੜੇ ਹੈਂ। ਜੇਹਲਮ ਮੇ ਕਰਪਸ਼ਨ ਜੋ ਹੈ ਵੋ ਬੇਇੰਤਹਾ ਹੋ ਰਹੀ ਹੈ। ਲੂਟ ਮਾਰ ਕੇ ਬਾਜ਼ਾਰ ਗਰਮ ਹੈ। ਤਮਾਮ ਸਰਕਾਰੀ ਅਫਸਰਾਨ ਵੈਲਫੇਅਰ ਕੇ ਬਾਅਦ ਮੇ ਯਹਾਂ ਪੇ ਲੂਟ ਮਾਰ ਕਰ ਰਹੇ ਹੈ। ਲੇਕਿਨ ਕਿਉਂਕਿ ਆਪਨੇ ਮੈਂ ਟਾਈਮ ਨਹੀਂ ਦਿਆ, ਮੈਂ ਜ਼ਲੀਲ ਬਹੁਤ ਕੀ ਹੈ, ਇਸ ਲਈ ਹਮ ਬਾਈਕਾਟ ਕਰ ਰਹੇ ਹਾਂ। ਬਾਈਕਾਟ ਕਰਤੇ ਹੀ ਡਿਪਟੀ ਕਮਿਸ਼ਨਰ ਜੇਹਲਮ ਰਾਓ ਪਰਵੇਜ਼ ਅਖਤਰ ਨੇ ਸਹਾਫੀਓ ਕੋ ਆਵਾਜ਼ ਦੀ, ਲੇਕਿਨ ਸਹਾਫੀਓ ਨੇ ਬੈਠਨੇ ਕੇ ਮੁਨਾਸਬ ਇੰਤਜ਼ਾਮਾਤ ਨਾ ਹੋਨੇ ਪਰ ਇਤਜਾਜ ਜਾਰੀ ਰੱਖਾ। ਚੱਲ ਯਾਰ ਬਸ ਕਰ ਚਲੋ। ਯਾਦ ਰਹੇ ਇਸ ਮੌਕੇ ਪਰ ਮਕਾਮੀ ਮੈਂਬਰਾਨ ਸੂਬਾਈ ਅਸੈਂਬਲੀ ਸਮੇਤ ਜ਼ਿਲੀ ਅਫਸਰਾਨ ਕੀ ਕਸੀਰ ਤਾਦਾਦ ਮੌਜੂਦ ਥੀ। ਮਿਰਜ਼ਾ ਕਫੀਲ ਬੇ ਕੈਫੀ, ਵਾਇਸ ਆਫ ਜੇਹਲਮ, ਕਚਹਿਰੀ।